ਗਾਇਸ ਤੁਹਾਡਾ ਨਾ ਵੀ ਇਸ ਤਰ੍ਹਾਂ ਹੁੰਦਾ ਵੀ ਜਦੋਂ ਮੈਡਮ ਮਾਰਕੀਟ ਜਾਂਦੇ ਨੇ ਸ਼ੋਪਿੰਗ ਕਰਨ ਵਾਸਤੇ ਉਹਨਾਂ ਨੂੰ ਪਸੰਦ ਹੀ ਕੁਛ ਨਹੀਂ ਆਉਂਦਾ ਯਾਰ, ਇੱਕ ਚੀਜ਼, ਦੋ ਚੀਜ਼, ਤਿੰਨ ਚੀਜ਼, ਪਤਾ ਨਹੀਂ ਕਿੰਨਾ ਕੁਛ ਯਾਰ, ਪਸੰਦ ਫਿਰ ਕੁਛ ਨਹੀਂ ਆਉਂਦਾ। ਦੱਸੋ ਯਾਰ ਕਮੈਂਟ ਕਰਕੇ, ਮੈਂ ਤਾਂ ਥੱਕ ਗਿਆ ਭਰਾ। ਨਹੀਂ ਸਾਰੀ ਲੇਡੀਜ਼ ਦਾ ਨਹੀਂ ਹੋਣਾ, ਕੁਛ ਲੇਡੀਜ਼ ਦਾ ਘੈਂਟ ਵੀ ਹੋਣੇ ਨੇ, ਮਿੰਟੋ ਮਿੰਟੀ ਸਮਾਨ ਪਰਚੇਜ਼ ਕੀਤਾ ਓਕੇ। ਗਾਇਸ ਹੁਣ ਅਸੀਂ ਪਹੁੰਚੇ ਹਾਂ ਜੀ ਹਾਲ ਬਾਜ਼ਾਰ ਦੇ ਅਮਰਾ ਟਾਕੀ ਚੌਂਕ 'ਚ। ਤੁਹਾਨੂੰ ਦਿਖਾਉਂਦੇ ਹਾਂ ਇੱਥੇ ਕਿਹੜੀ ਕਿਹੜੀ ਆਈਟਮ ਆਪਾਂ ਨੂੰ ਮਿਲਦੀ ਹੈ। ਤਿਲਕ ਦੀ ਹੱਟੀ ਹੈ, ਪੰਚਮ ਕਲੈਕਸ਼ਨਸ ਹੈ। ਫਿਲਹਾਲ ਅਸੀਂ ਚੱਲਦੇ ਹਾਂ ਜੀ ਵੀ ਫੈਸ਼ਨਸ 'ਤੇ। ਵੀ ਫੈਸ਼ਨਸ 'ਤੇ ਆਪਾਂ ਨੂੰ ਕਿਹੜੀ ਕਿਹੜੀ ਵਰਾਇਟੀ ਮਿਲਦੀ ਹੈ ਦੇਖਦੇ ਆਪਾਂ। ਇੱਥੇ ਆਉਣ ਦਾ ਰੀਜ਼ਨ, ਸਾਡੇ ਮੈਡਮ ਜੀ ਇੱਥੇ ਆਏ ਨੇ, ਇਸ ਵਾਸਤੇ ਅਸੀਂ ਪਹਿਲਾਂ ਇੱਥੇ ਆ ਗਏ ਹਾਂ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜਨਾਬ ਤੁਹਾਡਾ? ਸਾਡੇ ਚੈਨਲ ਬਿਜ਼ਨਸ ਪਰਫੈਕਟ 'ਚ ਬਹੁਤ ਬਹੁਤ ਸਵਾਗਤ ਹੈ ਜੀ। ਆਪਣਾ ਨਾਮ ਦੱਸ ਦਿਓ ਸਰ। ਮੇਰਾ ਨਾਮ ਨਵਪ੍ਰੀਤ ਸਿੰਘ। ਨਵਪ੍ਰੀਤ ਸਿੰਘ ਜੀ, ਨਵਪ੍ਰੀਤ ਜੀ ਆਪਣੇ ਕੋਲ ਕਿਹੜੀ ਕਿਹੜੀ ਆਈਟਮ ਹੁੰਦੀ ਹੈ? ਸਾਰੀ ਆਈਟਮ ਹੁੰਦੀ, ਬੱਚੇ ਦੀ, ਗੈਸ ਲੇਡੀ, ਮਤਲਬ ਯੂ ਕੈਨ ਸੇ ਫੈਮਿਲੀ ਵੇਅਰ ਆ। ਫੈਮਿਲੀ ਵੇਅਰ, ਜੈਂਟਸ ਆ, ਲੇਡੀਜ਼ ਆ, ਬੱਚੇ ਦਾ ਸਭ ਪ੍ਰਕਾਰ। ਠੀਕ ਹੈ। ਹਾਂਜੀ ਮੈਡਮ, ਕੀ ਪਸੰਦ ਆਇਆ? ਗਏ ਸਾਲ ਤਾਂ ਯਾਰ ਪਸੰਦ ਨਹੀਂ ਆਇਆ ਮੈਨੂੰ ਕੁਛ, ਚੈੱਕ ਕਰ ਰਹੇ ਆ। ਹਾਂਜੀ ਗਾਇਸ, ਹੁਣ ਮੈਡਮ ਦੇਖ ਰਹੇ ਨੇ ਪਿੱਲੋ ਕੋਲ, ਦੇਖੋ ਪਸੰਦ ਆਉਂਦੇ ਕਿ ਨਹੀਂ ਆਉਂਦੇ। ਸਿਰਫ 20 ਰੁਪਏ ਦਾ ਪਿੱਲੋ ਕਵਰ ਮਿਲਦੇ ਆ ਜੀ। ਦਿਖਾਇਓ, 20 ਰੁਪਏ ਦਾ ਪੇਅਰ ਹੈ ਨਾ? ਗਾਇਸ 20 ਰੁਪਏ ਦਾ ਪੇਅਰ ਹੈ। ਗਾਇਸ ਤੁਹਾਡਾ ਨਾ ਵੀ ਇਸ ਤਰ੍ਹਾਂ ਹੁੰਦਾ ਵੀ ਜਦੋਂ ਮੈਡਮ ਮਾਰਕੀਟ ਜਾਂਦੇ ਨੇ ਸ਼ੋਪਿੰਗ ਕਰਨ ਵਾਸਤੇ ਉਹਨਾਂ ਨੂੰ ਪਸੰਦ ਹੀ ਕੁਛ ਨਹੀਂ ਆਉਂਦਾ ਯਾਰ, ਇੱਕ ਚੀਜ਼, ਦੋ ਚੀਜ਼, ਤਿੰਨ ਚੀਜ਼, ਪਤਾ ਨਹੀਂ ਕਿੰਨਾ ਕੁਛ ਯਾਰ, ਪਸੰਦ ਫਿਰ ਕੁਛ ਨਹੀਂ ਆਉਂਦਾ। ਦੱਸੋ ਯਾਰ ਕਮੈਂਟ ਕਰਕੇ, ਮੈਂ ਤਾਂ ਥੱਕ ਗਿਆ ਭਰਾ। ਨਹੀਂ ਸਾਰੀ ਲੇਡੀਜ਼ ਦਾ ਨਹੀਂ ਹੋਣਾ, ਕੁਛ ਲੇਡੀਜ਼ ਦਾ ਘੈਂਟ ਵੀ ਹੋਣੇ ਨੇ, ਮਿੰਟੋ ਮਿੰਟੀ ਸਮਾਨ ਪਰਚੇਜ਼ ਕੀਤਾ ਓਕੇ। ਹੋਰ ਨਹੀਂ, ਸਾਡੀ ਲੇਡੀਜ਼ ਵੀ ਘੈਂਟ ਹੈ, ਨਹੀਂ ਕਿਹੜੀ ਗੱਲ ਆ, ਬਸ ਕਦੇ ਕਦੇ ਟਾਈਮ ਲੱਗ ਜਾਂਦਾ ਯਾਰ। ਚਲੋ ਕੋਈ ਗੱਲ ਨਹੀਂ, ਐਡਜਸਟ ਕਰਨਾ ਪੈਣਾ, ਛੱਡਣੀ ਹੋਣਾ ਲੇਡੀ ਆਪਾਂ ਆਪਣੀ। ਕਿਉਂ ਛੱਡੀਏ, ਮਸਾਂ ਮਸਾਂ ਮਿਲੀ ਯਾਰ। ਗਾਇਸ ਫਾਈਨਲੀ ਮੈਡਮ ਨੇ ਸਮਾਨ ਪਰਚੇਸ ਕਰ ਲਿਆ ਆਪਣਾ, ਪਿੱਲੋ ਕਵਰਸ ਲੈ ਲਿਆ, ਬੈੱਡ ਸ਼ੀਟਸ ਵੀ ਲੈ ਲਈਆਂ ਨੇ। ਹੁਣ ਦੇਖਦੇ ਹਾਂ ਕਿਹੜੀ ਕਿਹੜੀ ਵਰਾਇਟੀ ਮਿਲਦੀ ਹੈ, ਚੈੱਕ ਕਰਦੇ ਹਾਂ ਮਾਰਕੀਟ 'ਚ ਆ ਗਏ ਆਪਾਂ। ਹੁਣ ਗਾਇਸ ਪਹੁੰਚੇ ਹਾਂ ਸਾਹਿਬਾ ਗਾਰਮੈਂਟਸ ਦੇ ਉੱਤੇ ਆਪਾਂ। ਗਾਇਸ ਬੱਚਿਆਂ ਦੀ ਵਰਾਇਟੀ ਦੇਖ ਰਹੇ ਹਾਂ ਆਪਾਂ। ਨਹੀਂ ਇਹ ਬਹੁਤ ਹੈਵੀ ਹੈ। ਭਾਜੀ ਕਿਸ ਰੇਂਜ ਆ ਜੀ? ਗਾਇਸ ਬਹੁਤ ਸਾਰੀ ਵਰਾਇਟੀ ਹੈ। ਦੇਖਦੇ ਹਾਂ ਮਾਰਕੀਟ ਕਟੜਾ ਘਨੱਈਆ ਟੈਲੀਫੋਨ ਐਕਸਚੇਂਜ ਦੇ ਕੋਲ, ਟੈਲੀਫੋਨ ਐਕਸਚੇਂਜ ਦੇ ਕੋਲ। ਬਹੁਤ ਸਾਰੀ ਮਾਰਕੀਟ ਹੈ, ਮੈਟਰਸ ਵੀ ਮਿਲਦੇ ਆ, ਗੱਦੇ ਵੀ ਮਿਲਦੇ ਆ ਇੱਥੇ। ਗਾਇਸ ਆਪਾਂ ਹੁਣ ਟੈਲੀਫੋਨ ਐਕਸਚੇਂਜ ਵੱਲ ਜਾ ਰਹੇ ਹਾਂ। ਮਾਰਕੀਟ 'ਚ ਬਹੁਤ ਸਾਰੀਆਂ ਦੁਕਾਨਸ ਨੇ, ਸ਼ੋਪਸ ਨੇ,
चलो जी। नमस्कार सर, की हाल जी? ਤੁਹਾਡਾ ਸਾਡੇ YouTube ਚੈਨਲ ਬਿਜ਼ਨਸ ਪਰਫੈਕਟ 'ਚ ਬਹੁਤ ਬਹੁਤ ਸਵਾਗਤ ਹੈ ਸਰ। ਅਸੀਂ ਵਲੋਗ ਬਣਾ ਰਹੇ ਸੀ ਮਾਰਕੀਟ ਦਾ, ਕਟਰਾ ਕਨਈਆ ਟੈਲੀਫੋਨ ਐਕਸਚੇਂਜ ਦੇ ਕੋਲ ਦਾ। ਸੋ ਤੁਹਾਡੀ ਦੁਕਾਨ ਤੇ ਪਹੁੰਚੇ ਆ। ਤੁਸੀਂ ਹੋਲਸੇਲ ਕਰਦੇ ਹੋ ਡੀਲਸ ਜਾਂ ਰਿਟੇਲ 'ਚ ਕਰਦੇ ਸਰ? ਹੋਲਸੇਲ ਦੇ ਡੀਲਸ, ਦੋਨੋਂ ਡੀਲ ਕਰਦੇ ਹੋ? ਹਾਂਜੀ, ਠੀਕ ਹੈ। ਇਸ ਪਾਰਸ ਜੀ ਸਾਡੇ ਨਾਲ ਨੇ। ਪਾਰਸ ਜੀ, ਤੁਹਾਡਾ ਸਾਡੇ ਚੈਨਲ 'ਚ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਮੈਂ ਹੁਣ ਦੱਸੋ ਵੀ ਦੁਪੱਟੇ ਤੁਹਾਡੇ ਕੋਲ ਕਿਸ ਰੇਂਜ ਤੋਂ ਸਟਾਰਟ ਹੋ ਜਾਂਦੇ ਆ? ਆਪਣੇ ਸਰ 150 ਤੋਂ ਸਟਾਰਟਿੰਗ ਹੁੰਦਾ ਫੁਲਕਾਰੀ ਦੁਪੱਟਾ। ਠੀਕ, ਤੇ ਲਾਸਟਿੰਗ ਜਿਹੜੀ ਦੀ 4 ਤੋਂ 5000 ਤੱਕ। ਠੀਕ ਹੈ, ਵੈਰਾਈਟੀ ਕਿਹੜੀ ਕਿਹੜੀ ਹੁੰਦੀ ਆਪਣੇ ਕੋਲ ਫੁਲਕਾਰੀ 'ਚ? ਤਾਂ ਵੀ ਜੀ ਹੈਂਡਮੇਡ ਦੁਪੱਟੇ ਆ ਜਾਂਦੇ ਨੇ, ਪਾਕਿਸਤਾਨੀ ਫੁਲਕਾਰੀ ਦੁਪੱਟੇ ਆ ਜਾਂਦੇ ਨੇ, ਮਸ਼ੀਨ ਵਰਕ ਦੁਪੱਟੇ ਆ ਜਾਂਦੇ ਨੇ, ਪਾਰਸੇ ਵਰਕ ਦੁਪੱਟੇ ਵੀ ਆ ਜਾਂਦੇ ਨੇ, ਕਾਫੀ ਸਾਰੀ ਕਲੈਕਸ਼ਨ ਮਿਲ ਜਾਂਦੀ ਦੁਪੱਟੇ। ਸੂਟਸ ਵੀ ਹੁੰਦੇ ਆਪਣੇ ਕੋਲ? ਸੂਟਸ ਵੀ ਸਾਰੀ ਕਾਫੀ ਸਾਰੀ ਕਲੈਕਸ਼ਨ ਬਣ ਜਾਂਦੀ। ਠੀਕ ਹੈ ਪਾਰਸ ਜੀ, ਬਹੁਤ ਬਹੁਤ ਥੈਂਕਸ ਜੀ। ਥੈਂਕ ਯੂ।